ਇਹ ਹੈ ਸਾਹਿਬਜ਼ਾਦਿਆਂ ਦੀ ਧਰਤੀ ਸਰਹੰਦ ਰੇਲਵੇ ਸਟੇਸ਼ਨ ਦੇ ਨੇੜੇ ਲੰਘ ਰਹੇ ਹਾਂ। ਇਹ ਸਰਹੰਦ ਸ਼ਹਿਰ ਜਿੱਥੇ ਛੋਟੇ ਸਾਹਿਬਜ਼ਾਦੇ ਨੀਹਾਂ ਚਿਣ ਕੇ ਸ਼ਹੀਦ ਕੀਤੇ ਗਏ। ਗੁਰਦੁਆਰਾ ਜੋਤੀ ਸਰੂਪ ਵੀ ਇੱਥੇ ਹੀ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ। ਇੰਜ ਲੱਗਦਾ ਜਿਵੇਂ ਇਸ ਧਰਤੀ ਦੇ ਕਣ ਕਣ ਵਿੱਚ ਮੇਰੇ ਗੁਰੂ ਮਾਤਾ ਗੁਜਰੀ ਸਾਹਿਬਜ਼ਾਦੇ ਵਸਦੇ ਨੇ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, 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 ਵਾਹਿਗੁਰੂ 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 ਵਾਹਿਗੁਰੂ। ਦੇਖੋ ਕਿੰਨੇ ਸੋਹਣੇ ਬਾਜ਼ਾਰ ਨੇ ਫਤਿਹਗੜ੍ਹ ਸਾਹਿਬ ਦੇ ਸਰਹੰਦ ਦੇ ਇਲੈਕਸ਼ਨ ਦਾ ਪੂਰਾ ਜ਼ੋਰ ਹੈ। ਚੰਨੀ ਸਾਹਿਬ ਦੀ ਪੂਰੀ ਸੰਭਾਵਨਾ, ਕਾਂਗਰਸ ਦੀ ਪੂਰੀ ਸੰਭਾਵਨਾ। ਭਾਜਪਾ ਵਾਲੇ ਰਾਤੀ ਸੌਂਦੇ ਨਹੀਂ ਹੈ ਕਿਉਂਕਿ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਕਰਪਾਇਆ, ਹੁਣ ਰਾਤ ਦੀ ਨੀਂਦਰ ਆਮ ਹੋ ਗਈ। ਇਹਨਾਂ ਨੇ ਮਿੰਟ ਦੀ ਅਫਸਰ ਹੀ ਹੋ ਜਾਣਾ, ਇਲੈਕਸ਼ਨ ਲੜਨ ਜੋਗੇ ਰਹਿਣਾ ਹੀ ਨਹੀਂ। ਜਮਾਤਾਂ ਜਬਤ ਹੋਣੀਆਂ ਸਭ ਦੀਆਂ, ਅਤੇ ਹਰ ਨੇਕ ਦਲ ਸਿੱਖ ਹਿੰਦੂ ਮੁਸਲਮਾਨ ਜਾਨੀ ਮੋਦੀ ਭਾਰਤੀ ਦੀ ਅਰਦਾਸ ਹੈ ਕਿ ਭਾਜਪਾ ਦੀ ਜਮਾਨਤ ਜਬਤ ਹੋਵੇ ਅਤੇ ਇਹਨਾਂ ਨੂੰ ਦੇਸ਼ ਨਿਕਾਲ ਦਿੱਤਾ ਜਾਵੇ। ਜਿਹੜੇ ਇਹਨਾਂ ਦੇ ਹੋਰ ਵੀ ਪਿੱਛੇ ਲੱਗ ਰਹੇ ਸਭ ਬਾਹਰ, ਕੇਜਰੀਵਾਲ ਵੀ ਇਹਨਾਂ ਤੋਂ ਹੀ ਹੈ, ਨਵਜੋਤ ਸਿੱਧੂ ਵੀ ਨਲਾਇਕ ਖੋਤਾ ਹੈ, ਅਤੇ ਸੁਖਬੀਰ ਬਾਦਲ ਪ੍ਰਕਾਸ਼ ਕੁਮਾਰ ਬਾਦਲ ਤਾਂ ਹੈ ਹੀ ਪੱਕੇ ਖੋਤੇ ਨੇ। ਹਰ ਸ਼ਾਹ ਕੋਈ ਉੱਲੂ ਬੈਠਾ ਹੈ, ਅੰਜਾਮੇ ਗੁਲਸਤਾਂ ਕਿਆ ਹੋਗਾ। ਸੋ ਸੁਰਜੀਤ ਸਿੰਘ ਅਤੇ ਰਲ ਗਏ ਚੰਨੀ, ਬਾਕੀ ਸਭ ਦੀ ਆਕੜ ਬਣੀ, ਬੱਲੇ ਬੱਲੇ ਸਾਂਝ ਚੋਂ ਲੰਘ ਰਿਹਾ। ਵਾਹਿਗੁਰੂ ਵਾਹਿਗੁਰੂ।